क्या हाल भाई जी? ठीक हो? अल्हम्दुलिल्लाह ठीक। कौन ही मैं वेख्या थानू माशाल्लाह, मैं बंदे तो बड़े अच्छे लग रहे ने कि माशाल्लाह अच्छी गुफ्तगू करदे हो तुसी। तो मेरा दिल, मैं इत्थे आया सा तो मेरा गुजर रहा हां, मैं तो मेरा दिल से मैं तुहाडे कोल खलो के 2 मिनट जनाब टाइम जरा पास कर लवां। नहीं हुकम को नहीं है, बस मैं इधरों आया भाई जान। मैं ਸਾਨੂੰ ਵੀ ਪਤਾ ਇਧਰੋਂ ਆਇਆ ਹੈਰ ਤੇ ਹੈ, ਦੱਸੋ ਕੀ ਚਾਹੀਦਾ ਕੀ? ਨਹੀਂ ਕੋਈ ਵੀ ਨਹੀਂ, ਮੈਂ ਵੈਸੇ ਤੁਹਾਨੂੰ ਖਲੋ ਕੇ ਭਾਈ ਜਾਨ, ਮੈਂ ਜਰਾ ਗੁਫਤਗੂ ਤੁਹਾਡੇ ਨਾਲ ਕਰਨੇ ਆ ਕੇ ਦੇਖ ਲਿਆ ਜੀ। ਹਾਂਜੀ ਮਾਸ਼ਾਅੱਲਾ ਬੜੇ ਪਿਆਰੇ ਨੇ ਭਾਈ ਜੀ, ਮਾਸ਼ਾਅੱਲਾ ਅੱਲਾ ਨਜ਼ਰ ਨਾ ਲਾਏ। ਮੇਰਾ ਨਾਮ ਜੀ ਸ਼ਹਿਬਾਜ਼ ਅਹਿਮਦ। ਕਿੱਥੋਂ ਦੇ ਰਹਿਣ ਵਾਲੇ? ਮੈਂ ਆ ਪਤੋ ਕੀ ਦਾ ਇਧਰ ਕਿਧਰ ਲੱਗਿਆ ਸਰ, ਕਿੱਥੇ ਤੁਰ ਇਥੇ ਨਾਲ ਜਿਹੜੀ ਹੈ ਤੇ ਇਧਰ ਮੈਂ ਗੁਜ਼ਰ ਰਿਹਾ ਸਾਂ। ਮੇਰੀ ਉਹ ਆਪਣਾ ਗੱਡੀ ਖਲੋਤੀ ਹੈ ਤੇ ਮੈਂ ਚਲੋ ਮੈਂ ਵੇਖਿਆ ਕਿ ਦੋ ਮੌਜੂਦ ਇਨਸਾਨ ਖਲੋਤੇ ਨੇ, ਮੈਂ ਚਲੋ ਯਾਰਾਂ ਦੇ ਨਾਲ ਗੁਫਤਗੂ ਕਰਨੇ ਆ, ਵੇਖਨੇ ਆ ਕਿ ਭਾਈ ਕੀ ਮਾਹੌਲ ਹੈ, ਇੱਥੋਂ ਦੇ ਲੋਕ ਕਿਸ ਤਰ੍ਹਾਂ ਦੀ ਗੁਫਤਗੂ ਕਰਦੇ ਨੇ। ਇਸ ਵਾਸਤੇ ਜਿੰਨਾ ਮੈਂ ਆਇਆ ਹਾਂ। ਫਿਰ ਤੁਹਾਨੂੰ ਸਾਡੀ ਗੁਫਤਗੂ ਕੈਸੀ ਲੱਗੀ? ਬਹੁਤ ਪਿਆਰੀ ਲੱਗੀ ਮਾਸ਼ਾਅੱਲਾ। ਲੱਗੀ ਹੈ? ਹਾਂਜੀ ਬਹੁਤ ਪਿਆਰੀ। ਨਹੀਂ ਮੈਂ ਵੇਖੋ ਨਾ ਜਾਓਗਾ ਜਾਂ ਕੋਈ 100 ਬੰਦੇ ਨੇ ਆਪਣੀ ਗੱਲ ਵੀ ਕਰਨੀ ਹੁੰਦੀ ਹੈ ਸਾਹਿਬ, ਤੁਸੀਂ ਕਰੋ ਗੱਲਬਾਤ ਭਾਈ ਜਾਨ। ਮੈਂ ਵੈਸੇ ਤੁਸੀਂ ਸਾਡੀਆਂ ਗੱਲਾਂ ਸੁਣਨ ਲਈ ਇੱਥੇ ਖਲੋ? ਨਹੀਂ ਨਹੀਂ ਮੈਂ ਤੁਹਾਡੀ ਗੱਲਾਂ ਨਹੀਂ ਸੁਣਦਾ, ਯਕੀਨ ਕਰੋ ਮੈਂ ਅੱਜ ਤੱਕ ਕਦੇ ਕਿਸੇ ਦੀ ਗੱਲ ਨਹੀਂ ਸੁਣੀ ਹੈ। ਅੱਛਾ ਤੁਹਾਡੇ ਕੰਨ ਬੰਦ ਨੇ? ਨਹੀਂ ਨਹੀਂ ਕੰਨ ਬੰਦ ਨੇ, ਅਲਹਮਦੁਲਿਲਾ ਕੰਨ ਸਹੀ ਨੇ ਮਾਸ਼ਾਅੱਲਾ। ਤੁਸੀਂ ਫਿਰ ਜਾਓ ਟੁੱਟ ਜਾਣੇ ਭਾਈ ਜਾਨ। ਵੈਸੇ ਤੁਹਾਨੂੰ ਕੋਈ ਕੰਮ ਹੈ ਦੱਸੋ ਬਾ। ਨਹੀਂ ਨਹੀਂ ਕੋਈ ਕੰਮ ਨਹੀਂ ਹੈ ਮੈਨੂੰ ਭਾਈ ਜਾਨ। ਮੈਂ ਭਾਈ ਮਿਹਰਬਾਨੀ ਕਰੋ ਜਾਓ ਕਿਤੇ ਫਿਰੋ। ਠੀਕ ਹੈ ਜਨਾਬ, ਬਹੁਤ ਸ਼ੁਕਰੀਆ ਜਨਾਬ ਤੁਹਾਡਾ। ਹੋਰ ਸਭ ਖੈਰ? ਗਿਆ ਤਾਂ ਜਾਓ ਨਾ, ਜਾਂਦੇ ਨਹੀਂ ਜੇ ਹੁਣ? ਨਹੀਂ ਚੱਲਾ ਜੇ ਮੈਂ ਭਾਈ ਜਾਨ, ਮੈਂ ਟੁੱਟ ਜਾਣਾ, ਮੇਰੀ ਗੱਲ ਤਾਂ ਸੁਣੀ ਨਾ ਭਾਈ, ਮੇਰੀ ਗੱਲ ਸੁਣੀ ਨਾ। ਹੋਰ ਠੀਕ ਠਾਕ? ਖੈਰੀਆ ਤਾਂ ਸਿਹਤ ਠੀਕ ਹੈ? ਹੈਲੋ, ਇਹ ਬੰਦਾ ਨਹੀਂ ਜਾ ਰਿਹਾ ਇਹਨਾਂ ਦੇ ਭਾਈ ਜਾਨ, ਕਿਉਂ ਤਾਂ ਕੀਤੇ ਆ ਜੋ ਕਰ ਲੈਂਦੋ।